ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਤਾਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਨ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਸਬੰਧਤ ਹੈ ਨਾਮਧਾਰੀ ਪੰਥ ਦੇ ਪ੍ਰਸਿੱਧ ਸਾਧ ਸੰਤ ਕੇਸਰ ਸਿੰਘ ਚਵਿੰਡੇ ਵਾਲਿਆਂ ਦੀ ਸਾਖੀ ਦਾ ਸਿਲੇਖੇ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਵਡਾਲੇ ਜਾਂ ਅੰਤੋਂ ਪਿੱਛੋਂ ਸੰਤ ਕੇਸਰ ਸਿੰਘ ਜੀ ਡਸਕੇ ਦੀ ਧਰਤੀ ਨੂੰ ਜਾ ਭਾਗ ਲਾਇਆ ਇੱਥੇ ਸੇਠ ਮੀਰ ਸਿੰਘ ਜੀ ਦੇ ਘਰ ਗਏ ਅਤੇ ਇਹਨਾਂ ਦੇ ਦਾਦਾ ਸੇਠ ਹੁਕਮ ਸਿੰਘ ਜੀ ਨੂੰ ਦਰਸ਼ਨ ਦਿੱਤੇ ਸੰਤਾਂ ਦਾ ਦਰਸ਼ਨ ਕਰਕੇ ਸੇਠ ਹੁਕਮ ਸਿੰਘ ਜੀ ਬੜੇ ਪ੍ਰਸੰਨ ਹੋਏ ਕਿਉਂਕਿ ਉਹ ਆਪ ਵੀ ਬਹੁਤ ਭਜਨ ਕਰਦੇ ਤੇ ਸੰਤਾਂ ਦੇ ਬਹੁਤ ਸੇਵਕ ਸਨ ਹਿਰਦੇ ਵਿੱਚ ਅਨੇਕ ਖੁਸ਼ੀਆਂ ਦੀ ਲਹਿਰ ਦੌੜ ਗਈ ਬੜੇ ਆਦਰ ਸਤਕਾਰ ਸਹਿਤ ਸੰਤਾ ਤੇ ਹੋਰ ਸਾ ਸੰਗਤ ਦੀ ਸੇਵਾ ਕਰਕੇ ਬੜੀ ਨਿਮਰਤਾ ਸਹਿਤ ਭਾਈ ਹੁਗਮ ਸਿੰਘ ਨੇ ਅਰਜ਼ ਕੀਤੀ ਕਿ ਸੰਤ ਕੇਸਰ ਸਿੰਘ ਜੀ ਘਟੋ ਘਾਟ 1 ਮਹੀਨਾ ਉਹਨਾਂ ਦੇ ਘਰ ਦਰਸ਼ਨ ਦੇਣ ਬਹੁਤਾ ਜੋਰ ਦੇਣ ਤੇ ਸੰਤਾ ਨੇ ਹੁਗਮ ਸਿੰਘ ਜੀ ਦੀ ਅਰਜ਼ ਪ੍ਰਵਾਨ ਕਰਦੇ ਆ ਫੁਰਮਾਇਆ ਇੱਕ ਸ਼ਰਤ ਉੱਤੇ ਮੈਂ ਰਹਿ ਸਕਦਾ ਹਾਂ ਕਿ ਮੈਨੂੰ ਸਾਧ ਸੰਗਤ ਦੀ ਤਨ ਮਾਨ ਕਰਕੇ ਸੇਵਾ ਕਰਨ ਦੀ ਖੁਲ ਹੋਵੇ ਜੇਕਰ ਸਾਡੇ ਕੋਲ ਸੇਵਾ ਕਰਵਾਓਗੇ ਤਾਂ ਮੈਂ ਇੱਥੇ ਜ਼ਰੂਰ ਰਹਾਂਗਾ ਹੁਕਮ ਸਿੰਘ ਜੀ ਨੇ ਅੱਜੋੜ ਕੇ ਅਰਜ਼ੀ ਕੀਤੀ ਜਿਵੇਂ ਆਪ ਜੀ ਦੀ ਰਜਾ ਹੋਵੇ ਤੀਵੇਂ ਕਰ ਸਕਦੇ ਹੋ ਪਰ ਮੈਨੂੰ ਸੇਵਾ ਕਰਨ ਦਾ ਸਮ ਬਖਸ਼ ਦੇਣਾ ਆਖਰ ਸੰਤ ਜੀ ਦਸ ਕੇ ਸੇਠ ਹੁਕਮ ਸਿੰਘ ਮੇਰ ਸਿੰਘ ਦੇ ਘਰ ਰਹਿਣ ਲੱਗ ਪਏ ਸੰਤਾਂ ਨੇ ਸਾਰੀ ਰਾਤ ਆਪਣੇ ਪ੍ਰੀਤਮ ਪਿਆਰੇ 사ਤਗੁਰ ਜੀ ਦਾ ਧਿਆਨ ਧਰ ਕੇ ਰਸਨਾ ਨਾਲ ਇੱਕ ਰਸ ਨਾਮ ਸਿਮਰਨ ਕਰਨਾ ਅਤੇ ਸਾਰਾ ਦਿਨ ਲੰਗਰ ਵਿੱਚ ਜਲ ਢੋਣ ਅਤੇ ਜਲ ਛਕਾਉਣ ਦੀ ਸੇਵਾ ਕਰਨੀ। ਸੰਤਾਂ ਦੇ ਨਾਲ ਭਾਈ ਲੈਣਾ ਸਿੰਘ ਤੇ ਝੰਡਾ ਸਿੰਘ ਜੀ ਹਮੇਸ਼ਾ ਹੀ ਰਹਿੰਦੇ ਸਨ। ਸੰਤ ਜੀ ਤੁਰਨ ਵੇਲੇ ਨੰਗੇ ਚਰਨੀ ਹੀ ਤੁਰਦੇ। ਸੰਤਾਂ ਦਾ ਵਿਚਾਰ ਹੁੰਦਾ ਕਿ ਜੋੜੇ ਨਾਲ ਤੁਰਦਿਆਂ ਕਈ ਜੀਵ ਜੰਤ ਕੀੜੇ ਆਦਕ ਦਰੜੇ ਜਾਂਦੇ ਹਨ ਗੁਰਬਾਣੀ ਵਿੱਚ ਲਿਖੀ ਪੰਕਤੀ ਮਨ ਸੰਤੋਖ ਸਰਬ ਜੀਏ ਦਇਆ ਦੀ ਪਾਲਣਾ ਦਾ ਅਸੂਲੀ ਅਸਲੀ ਰੂਪ ਸੰਤ ਜੀ ਬਣ ਚੁੱਕੇ ਸਨ ਇਸ਼ਨਾਨ ਪਾਨ ਕਰਨ ਵੇਲੇ ਜਦ ਸੰਤ ਜੀ ਪਉਏ ਪਾਇਆ ਕਰਦੇ ਤਾਂ ਚਰਨ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਫਿਰ ਪਉਏ ਪਾਉਂਦੇ ਆਪਣੀ ਸੁਭਾਅ ਅਤੇ ਕੀਤੇ ਬਚਨ ਅਨੁਸਾਰ ਜਿੱਥੇ ਹੱਥਾਂ ਘੜ ਕੇ ਸਭ ਦੀ ਸੇਵਾ ਕਰਦੇ ਰਹਿੰਦੇ ਉੱਥੇ ਸੰਤਾਂ ਦੀ ਉੱਥੇ ਸੰਤਾਂ ਦੀ ਅੰਤਰਬੀਰਤੀ ਹਰ ਵਕਤ ਸਰਵਵਿਆਪੀ ਸਰਪ੍ਰਤੀਪਾਲਕ ਅਕਾਲ ਪੁਰਖ ਸਾਗੁਰ ਜੀ ਦੇ ਚਰਨਾਂ ਵਿੱਚ ਹੀ ਲੱਗੀ ਰਹਿੰਦੀ ਕਦੇ-ਕਦੇ ਆਪਣੇ ਰਾਂਗ ਵਿੱਚ ਰਤੇ ਹੋਏ ਇਹ ਪੰਕਤੀ ਪੜਿਆ ਕਰਦੇ ਇੱਕ ਨਿਮਖ ਜੇ ਬਿਸਰੇ ਸੁਆਮੀ ਜਾਣੋ ਕੋਟ ਦਿਵਸ ਲਖ ਬਰਿਆ ਜਦੋਂ ਕਦੇ ਬਾਹਰ ਜਾਂਦੇ ਤਾਂ ਲਖ ਸਿੰਘ ਤੇ ਝੰਡਾ ਸਿੰਘ ਨੂੰ ਆਖਿਆ ਕਰਦੇ ਭਾਈ ਤੁਰਨ ਵੇਲੇ ਮੇਰੇ ਤੋਂ ਅੱਗੇ ਜਾਂ ਪਿੱਛੇ ਹਟਵੇ ਰਹਾ ਕਰੋ ਇਕੱਠੇ ਤੁਰਿਆ ਬਿਰਤੀ ਵਿੱਚ ਫਰਕ ਪੈਦਾ ਰਹਿੰਦਾ ਹੈ ਇੱਕ ਦਿਨ ਰਾਤ ਸਮੇਂ ਸੰਜੀ ਬੜੇ ਬੇਚੈਨ ਨਜ਼ਰ ਆ ਰਹੇ ਸਨ ਸੇਟੂ ਕਮ ਸਿੰਘ ਨੇ ਇਸ ਬੇਚੈਨੀ ਦਾ ਕਾਰਨ ਪੁੱਛਿਆ ਸੰਤਾ ਨੇ ਫੁਰਮਾਇਆ ਅੱਜ ਸਾਨੂੰ ਸੰਤ ਸੋਹਣ ਸਿੰਘ ਚੱਕਰੀ ਚੱਕਰੀ ਪਿੰਡ ਦਾ ਨਾਮ ਹੈ ਵਾਲਾ ਇੱਕ ਘੜੀ ਵੀ ਆਰਾਮ ਨਹੀਂ ਕਰਨ ਦਿੰਦਾ ਭਲਾ ਦਿਨ ਨਹੀਂ ਸੀ ਚੜਨਾ ਦੂਜੇ ਪਾਸੇ ਸੋਨ ਸਿੰਘ ਜਿਸ ਨੇ ਸੰਤਾਂ ਤੋਂ ਭਜਨ ਪੁੱਛਿਆ ਹੋਇਆ ਸੀ ਤੇ ਸੰਤਾ ਉੱਤੇ ਪੂਰਨ ਭਰੋਸਾ ਰੱਖਦਾ ਸੀ ਉਹਨੂੰ ਆਪਣੇ ਨਗਰ ਚ ਬਹੁਤ ਜ਼ੋਰ ਦਾ ਬੁਖਾਰ ਚੜਿਆ ਹੋਇਆ ਸੀ ਸਾਹਮਣੇ ਜੰਮ ਵੀ ਖਾਲੀ ਡੇਰੇ ਸਨ ਇਸ ਹਾਲਤ ਵਿੱਚ ਸੋਨ ਸਿੰਘ ਸੰਤਾ ਨੂੰ ਸਵਾਸ-ਸਵਾਸ ਯਾਦ ਕਰ ਰਿਹਾ ਸੀ ਸੰਤ ਜੀ ਆ ਕੇ ਮੇਰੀ ਰੱਖਿਆ ਕਰੋ ਸੰਤ ਜੀ ਆ ਕੇ ਮੇਰੀ ਰੱਖਿਆ ਕਰੋ ਇਸ ਵਕਤ ਸੋਹਣ ਸਿੰਘ ਨੇ ਮਨ ਵਿੱਚ ਸੋਚਿਆ ਜਦ ਮੈਂ ਸ਼੍ਰੀ ਸਤਗੁਰੂ ਆਮ ਸਿੰਘ ਜੀ ਦਾ ਭਜਨ ਪੁੱਛਿਆ ਹੋਇਆ ਹੈ ਤਾਂ ਇਹ ਜਮ ਮੈਨੂੰ ਵੀ ਖਾਲੀ ਕਿਉਂ ਦਿੰਦੇ ਹਨ ਭਜਨ ਪੁੱਛਣ ਤੋਂ ਬਾਅਦ ਜਮਾ ਦਾ ਮੇਰੇ ਨਾਲ ਕੀ ਕੰਮ ਹੈ ਬੁਖਾਰ ਦੇ ਜੋਰ ਵਿੱਚ ਜਸੋਣ ਸਿੰਘ ਨੂੰ ਇਹ ਸੋਚ ਆਈ ਉਸੇ ਵਕਤ ਜਮ ਤਾਂ ਅਲੋਪ ਹੋ ਗਏ ਤੇ ਸਾਨੂੰ ਮਹਾਤਮਾ ਸਾਹਮਣੇ ਆ ਗਏ ਅਤੇ ਇਹ ਗੁਰੂ ਵਾਕ ਪੂਰਾ ਹੁੰਦਾ ਨਜ਼ਰ ਆਇਆ ਕਿ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੱਡ ਜਾਏ ਇਸ ਦੇ ਨਾਲ ਹੀ ਸੂਰ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਮੇਰਾ ਆਖਰੀ ਸਮਾਂ ਆ ਗਿਆ ਹੈ ਇਸ ਵਾਸਤੇ ਮਰਨ ਤੋਂ ਪਹਿਲਾਂ ਸੰਤਾ ਚਵਿੰਡੇ ਵਾਲਿਆਂ ਦਾ ਦਰਸ਼ਨ ਹੋ ਜਾਂਦਾ ਤਾਂ ਚੰਗਾ ਸੀ ਮੈਨੂੰ ਦਰਸ਼ਨ ਕਰਨ ਦੀ ਤਾਂਗ ਵੀ ਨਾ ਰਹੀ ਦੀ ਇਸ ਭਾਵਨਾ ਕਰਕੇ ਸੋਨ ਸਿੰਘ ਜੀ ਸੰਤਾਂ ਨੂੰ ਬਹੁਤ ਤੀਬਰਤਾ ਨਾਲ ਯਾਦ ਕਰ ਰਹੇ ਸਨ ਤੇ ਘੜੀ-ਘੜੀ ਸੰਤਾਂ ਦਾ ਨਾਮ ਲੈ ਕੇ ਆਖ ਰਹੇ ਸਨ ਬੂਡ ਮੁਏ ਨਾ ਕਾਮਿਲੇ ਕਹੋ ਕਾਹੇ ਚੜਾਓ ਸਗੋ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇਂ ਸੰਤ ਜੀ ਬੋੜੀ ਕਰੋ ਦਰਸ਼ਨ ਦੇਵੋ ਸੋਨ ਸਿੰਘ ਸੰਤਾਂ ਦਾ ਧਿਆਨ ਧਾਰ ਕੇ ਸੱਚੇ ਦਿਲੋਂ ਪੁਕਾਰ ਕਰ ਰਿਹਾ ਸੀ ਉਸ ਨੂੰ ਯਾਦ ਸੀ ਤੇ ਵਿਸ਼ਵਾਸ ਸੀ ਕਿ ਸੱਚੇ ਦਿਲ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਇਸ ਤਰ੍ਹਾਂ ਸੋਹਣ ਸਿੰਘ ਦੀ ਤਾਂਗ ਦੇ ਦੂਸਰੇ ਪਾਸੇ ਸੰਤਾ ਨੂੰ ਬੇਚੈਨ ਘਾਰ ਰੱਖਿਆ ਸੀ ਰਾਤ ਦੇ 10 ਵਜੇ ਦਾ ਸਮਾਂ ਸੀ ਸੰਤਾ ਨੇ ਉਸੇ ਵਕਤ ਭਾਈ ਲੈਣਾ ਸਿੰਘ ਤੇ ਝੰਡਾ ਸਿੰਘ ਨੂੰ ਨਾਲ ਲੈ ਕੇ 11 ਕੋਹਾ ਦਾ ਪਿੰਡਾ ਕਰਕੇ ਸੋਹਣ ਸਿੰਘ ਦੇ ਪਿੰਡ ਪਹੁੰਚ ਗਏ ਪਿੰਡ ਦੇ ਬਾਹਰ ਵਾਰ ਬੈਠ ਕੇ ਲੈਣਾ ਸਿੰਘ ਨੂੰ ਫਰਮਾਇਆ ਭਾਈ ਤੋਂ ਸੋਨ ਸਿੰਘ ਦੇ ਘਰ ਜਾ ਕੇ ਉਸ ਨੂੰ ਇੱਥੇ ਹੀ ਸਾਧ ਲਿਆ ਜਦ ਭਾਈ ਲੈਣਾ ਸਿੰਘ ਹੁਕਮ ਸਿੰਘ ਕੇ ਸੋਨ ਸਿੰਘ ਦੇ ਘਰ ਪਹੁੰਚੇ ਤਾਂ ਅੱਗੇ ਸੋਨ ਸਿੰਘ ਬੇਹੋਸ਼ ਪਿਆ ਸੀ ਤੇ ਪਰਿਵਾਰ ਦੇ ਸਾਰੇ ਈਸਤਰੀਆਂ ਮਰਦ ਇਹਨਾਂ ਦੇ ਚਾਰ ਚਫੇਰੇ ਬੜੀ ਸਹਿਮੀ ਹੋਈ ਹਾਲਤ ਵਿੱਚ ਬੈਠੇ ਸਨ ਲੈਣਾ ਸਿੰਘ ਨੇ ਸਾਰਿਆਂ ਨੂੰ ਪਿੱਛਾ ਕਰਕੇ ਲੈਣਾ ਖੜੇ ਖਲੋਤੇ ਸੋਨ ਸਿੰਘ ਦਾ ਨਾਮ ਲੈ ਕੇ ਆਵਾਜ਼ ਦਿੱਤੀ ਪਰ ਸੋਨ ਸਿੰਘ ਨੇ ਕੋਈ ਹੁੰਗਾਰਾ ਨਾ ਪਰਿਆ ਫਿਰ ਲੈਣਾ ਸਿੰਘ ਨੇ ਮੰਜੇ ਦੇ ਸਹਰਾਣੇ ਵਾਲ ਬੈਠ ਕੇ ਸੋਨ ਸਿੰਘ ਦੇ ਕાન ਵਿੱਚ ਜਰਾ ਜ਼ੋਰ ਨਾਲ ਆਵਾਜ਼ ਮਾਰੀ ਤਾਂ ਸੋਨ ਸਿੰਘ ਨੇ ਅੱਖ ਬੁਟਕੇ ਵੇਖਿਆ ਕਿ ਲੈਣਾ ਸਿੰਘ ਉਹਨਾਂ ਦੇ ਪਾਸ ਬੈਠਾ ਸੀ ਲੈਣਾ ਸਿੰਘ ਨੇ ਵੀ ਜਦ ਢਿਠਾ ਕਿ ਇਸ ਨੇ ਉਹਨਾਂ ਨੂੰ ਪਛਾਣ ਲਿਆ ਹੈ ਤਾਂ ਇਸ ਨੇ ਫਿਰ ਉੱਚੀ ਸਾਰੀ ਸੰਤਨ ਸੁਣੀ ਸੁਣਾਇਆ ਸੰਤ ਕੋਤੇ ਆਏ ਹੋਏ ਹਨ ਤੇ ਤੁਹਾਨੂੰ ਉੱਥੇ ਸਦਿਆ ਹੈ ਸੰਤਾ ਦਾ ਸੁਣੀ ਹ ਸੁਣਦੇ ਸਾਰ ਪਤਾ ਨਹੀਂ ਸੋਹਣ ਸਿੰਘ ਦੀ ਬਿਹੋਸ਼ੀ ਕਿੱਧਰ ਗਈ ਤੇ ਬੁਖਾਰ ਕਿੱਧਰ ਜਿਵੇਂ ਬੰਦਾ ਸੁੱਤਾ ਉੱਠ ਕੇ ਬੈਠ ਜਾਂਦਾ ਹੈ ਸੋਹਣ ਸਿੰਘ ਅੰਗੜਾਈ ਲੈ ਕੇ ਉੱਠ ਕੇ ਬੈਠ ਗਿਆ ਤੇ ਲੈਣਾ ਸਿੰਘ ਨੂੰ ਸੱਚ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ ਸੰਤ ਕਦੋਂ ਦੇ ਖੂਤੇ ਆਏ ਹੋਏ ਹਨ ਲੈਣਾ ਸਿੰਘ ਦੱਸਿਆ ਰਾਤ ਨੂੰ 10-11 ਵਜੇ ਅਸੀਂ ਦਸਕੇ ਤੋਤure ਸਾਂ ਇੱਥੇ ਪਤਾ ਨਹੀਂ ਕਦੋਂ ਦੇ ਆਏ ਹੋਏ ਹਾਂ ਖੂਹ ਤੇ ਆਉਂਦਿਆਂ ਹੀ ਸੰਤਾ ਨੇ ਤੁਹਾਨੂੰ ਸਦਨ ਲਈ ਭੇਜ ਦਿੱਤਾ ਹੈ ਬਸ ਫਿਰ ਕਿਸੇ ਸਾਧੂ ਕੇ ਸੰਗ ਪਾਪ ਪਲਾਉਣ ਵਾਲੀ ਦਸ਼ਾ ਮੂਰਤੀਮਾਨ ਹੋ ਗਈ ਲੈਣਾ ਸਿੰਘ ਦੇ ਸੋਨ ਸਿੰਘ ਦੀਆਂ ਪਰਸ ਪਰ ਗੱਲਾਂ ਨਾਲ ਸੋਨ ਸਿੰਘ ਦੀ ਹਾਲਤ ਸੁਧਰੀ ਹੋਈ ਵੇਖ ਕੇ ਪਰਿਵਾਰ ਦੇ ਸਾਰੇ ਜੀ ਹੈਰਾਨ ਤੇ ਪ੍ਰਸੰਨ ਹੋ ਰਹੇ ਸਨ ਕਿ ਇਤਨੀ ਛੇਤੀ ਸੋਨ ਸਿੰਘ ਨੂੰ ਹੋਸ਼ ਕਿਵੇਂ ਆ ਗਈ ਤੇ ਬੁਖਾਰ ਕਿਵੇਂ ਲੱਤ ਗਿਆ ਥੋੜੇ ਜਿਹੀ ਰਿਚੀ ਸੋਨ ਸਿੰਘ ਸੰਤਾਵਾਲ ਜਾਣ ਲਈ ਤਿਆਰ ਹੋ ਗਿਆ ਤੇ ਸਹਜੇ ਸਹਜੇ ਲਹਿਣਾ ਸਿੰਘ ਨਾਲ ਟੁਰ ਕੇ ਸੰਤਾ ਦੇ ਜ ਆਦਰਸ਼ਨ ਕੀਤੇ ਸੰਤਾ ਦੇ ਚਰਨਾਂ ਉੱਤੇ ਭਾਵਨਾ ਸਹਿਤ ਮੱਥਾ ਟੇਕਿਆ ਤੇ ਭੰਵਰ ਦੀ ਤਰ੍ਹਾਂ ਚਰਨਾਂ ਦੇ ਨਾਲ ਹੀ ਲੀਪੜ ਗਏ ਅਤੇ ਲੱਗੇ ਬੇਨਤੀਆਂ ਕਰਨ ਸੰਤ ਜੀ ਜਾਂ ਤਾਂ ਮੈਨੂੰ ਆਪਣੀ ਹੱਥੀ ਹੁਣੀ ਤੋਰ ਜਾਓ ਜਾਂ ਨਵੀਂ ਤਾਰੀਖ ਪਾ ਦਿਓ ਮੈਂ ਤੁਹਾਡੇ ਦਰਸ਼ਨ ਕਰਦਿਆਂ ਹੀ ਜਾਣਾ ਚਾਹੁੰਦਾ ਹਾਂ ਸੰਤਾਂ ਨੇ ਅਰਸ ਸੁਣ ਕੇ ਉੱਚੀ ਬਾਂ ਘਾਰ ਕੇ ਬੋਲਾ ਕੀਤਾ ਜਹ ਤੇਰੀ ਲੰਬੀ ਤਾਰੀਖ ਪਾ ਦਿੱਤੀ ਹੈ ਪਰ ਇਹ ਗੱਲ ਯਾਦ ਰੱਖੀ ਕਿ ਤਾਰੀਖ ਪਾਉਣ ਵਾਲੀ ਬਾ ਮੇਰੇ ਸਤਿਗੁਰੂ RAM ਸਿੰਘ ਜੀ ਦੀ ਹੈ ਅਤੇ ਇਸ ਬਾਪ ਬਿਠੁਲ ਦੀ ਮਾਂ ਅਗੇ ਕਿਲਵਿਕ ਕਿਵੇਂ ਠਹਿਰ ਸਕਦੇ ਹਨ ਪਰ ਵੇਖੀ ਕਿਦਰੇ ਸਾਧਗੁਰ ਨੂੰ ਨਾ ਭੁੱਲ ਜਾਵੀਂ ਸੋਹ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੰਜੀ ਇਹ ਕਿਰਪਾ ਵੀ ਆਪ ਨਹੀਂ ਕਰਨੀ ਹੈ ਮੈਨੂੰ ਆਪਣਾ ਸੇਵਕ ਬਣਾਈ ਰੱਖਿਓ ਸੋਹ ਸਿੰਘ ਨੇ ਪੁੱਛਿਆ ਮਹਾਰਾਜ ਹੁਣ ਮੈਂ ਕੀ ਖਾਵਾਂ ਇਹ ਗੱਲ ਉਸਨੇ ਸੰਤਾ ਕੋਲੋਂ ਇੰਜ ਪੁੱਛੀ ਜਿਵੇਂ ਕਿਸੇ ਡਾਕਟਰ ਪਾਸੋਂ ਕੋਈ ਮਰੀਜ਼ ਬਿਮਾਰੀ ਦੇ ਹਟ ਜਾਣ ਬਾਅਦ ਪੁੱਛਦਾ ਹੈ ਕਿ ਹੁਣ ਮੈਂ ਕੀ ਪਰਹੇਜ਼ ਰੱਖਾਂ ਸੰਤਾ ਨੇ ਬਚਨ ਕੀਤਾ ਭਾਈ ਅੱਧਾ ਗੜਵਾ ਦੁੱਧ ਤੇ ਅੱਧਾ ਗੜਵਾ ਪਾਣੀ ਪਾ ਕੇ ਕੱਚੀ ਲੱਸੀ ਬਣਾ ਕੇ ਪੀ ਲਵੀ ਖੂ ਉੱਤੇ ਪਰਿਵਾਰ ਦੇ ਸਾਰੇ ਜੀ ਆਗੇ ਹੋਏ ਸਨ ਜਦੋਂ ਸੰਤਾ ਨੇ ਕੱਚੀ ਲੱਸੀ ਪੀਣ ਵਾਲੀ ਦਵਾਈ ਦੱਸੀ ਤਾਂ ਇੱਕ ਦਿਨ ਸਾਰੇ ਤਾਂ ਇੱਕਦਮ ਸਾਰੇ ਪਰਿਵਾਰੀ ਤੇ ਹੋਰ ਲੋਕ ਆਖਣ ਲੱਗ ਪਏ ਕਿ ਜੇ ਅੱਗੇ ਸੋਹਣ ਸਿੰਘ ਨਹੀਂ ਮਰਿਆ ਤਾ ਹੁਣ ਜ਼ਰੂਰ ਮਰੇਗਾ ਪਰ ਸੋਨ ਸਿੰਘ ਨੇ ਕਿਸੇ ਦੀ ਵੀ ਹੋਰ ਗੱਲ ਨਾ ਸੁਣੀ ਅਤੇ ਸੰਤਾਂ ਦੇ ਬਚਨ ਅਨੁਸਾਰ ਅੱਧਾ ਗੜਵਾ ਦੁੱਧ ਅਤੇ ਅੱਧਾ ਗੜਵਾ ਪਾਣੀ ਲੈ ਕੇ ਕੱਚੀ ਲੱਸੀ ਬਣਾ ਲਈ ਤੇ ਪੀਣ ਲੱਗ ਪਿਆ ਜਿਉਂ ਜਿਉ ਲੱਸੀ ਪੀ ਜਾਵੇ ਪੁਸ਼ਾਬ ਦੇ ਰਾਹੀਂ ਸਰੀਰ ਦੇ ਸਾਰੇ ਰੋਗ ਪਾਣੀ ਬਣ ਕੇ ਨਿਕਲ ਗਏ ਸਭ ਉਹ ਸਾਰੇ ਲੋਕਾਂ ਦੇ ਵੇਖਦਿਆਂ ਵੇਖਦਿਆਂ ਹੀ ਸਤਗੁਰਜੀ ਤੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਸੋਨ ਸਿੰਘ ਦਾ ਸਰੀਰ ਕੰਚਨ ਵਾਂਗ ਅਰੋਗ ਹੋ ਗਿਆ ਮਾਨੋ ਗੁਰਬਾਣੀ ਦਾ ਇਹ ਵਾਕ ਅੱਖਰ ਅੱਖਰ ਪੂਰਾ ਹੋਇਆ ਕਿ ਸਾਧ ਕੇ ਸੰਗ ਕਿਲਵਿਕ ਸਭ ਗਏ सारे बचन बिलास कर सोहन सिंह ने बेनती की महाराज कृपा करके घर दर्शन दौ लंगर करो संता बचन किया सोहन सिंह तू सू अपनी बीमारी नवीरती वास्ते दवाई दे ही सद्या है सो तेरा बचन मान के असी इतने आए तो ते तेरे उत्ते श्री सातगू राम सिंह जी ने बख्शिश की है हूँ तेरा शरीर अरोग हो गया है ਤੁਸਾਂ ਨੂੰ ਲੰਗਰ ਵਾਸਤੇ ਸੱਦਿਆ ਨਹੀਂ ਸੀ ਇਸ ਵਾਸਤੇ ਅੱਜ ਤੇਰਾ ਲੰਗਰ ਨਹੀਂ ਛਕਣਾ ਜਦ ਕਦੇ ਫੇਰ ਲੰਗਰ ਵੀ ਛਕ ਲਵਾਂਗੇ ਇਸ ਤਰ੍ਹਾਂ ਦੀ ਪ੍ਰਸੰਨਤਾ ਸਹਿਤ ਬਚਨ ਬिलास ਕਰਦੇ ਹੋਏ ਸੰਚਵੀਂਡੇ ਵਾਲੇ ਲੈਣਾ ਸਿੰਘ ਤੇ ਝੰਡਾ ਸਿੰਘ ਸਮੇਤ ਵਾਪਸ ਦਸਕੇ ਨੂੰ ਆ ਗਏ ਦਸਕੇ ਵਿੱਚ ਸੇਠੂ ਕਮ ਸਿੰਘ ਤੇ ਸਤਸੰਗੀ ਸੁਭਾਕਾਰਨ ਸੰਜੀ ਮਹੀਨੇ ਦੀ ਥਾਂ पूरा एक साल टीके रहे ते जल भरन छका से सेवा करते रहे साल पूरा हो जाते संतान ने एक दिन सेठ हुकम सिंह वचन किया सेठ जी अजय तो आड़ा महीना पूरा होया है कि नहीं हुकम सिंह ने हाथ जोड़ के बेनती की मेरा चित करता है कि ये महीना जुगा प्रव कि यह महीना पर्यंत ही भी पूरा ना होवे ਸੰਤਾਂ ਹੁਕਮ ਗਿਤਾ ਸੇਰ ਜੀ ਸਾਧਗੁਰੂ ਤੁਹਾਡੀ ਭਾਵਨਾ ਸਦਾ ਵਾਸਤੇ ਹੀ ਹੋ ਜਿਵੇਂ ਬਣਾਈ ਰੱਖੇ ਤੁਸੀਂ ਸਾਧ ਸੰਗਤ ਦੀ ਸੇਵਾ ਤਨ ਮਨ ਤਨ ਕਰਕੇ ਹਮੇਸ਼ਾ ਕਰਦੇ ਰਹੋ ਸਾਧਗੁਰੂ ਤੁਹਾਡੇ ਤੇ ਕਿਰਪਾ ਕਰੇ ਕਿ ਤੁਸੀਂ ਉਸ ਦੀ ਰਜਾ ਅੰਦਰ ਰਹਿ ਕੇ ਖੁਸ਼ੀਆਂ ਮਾਣੋ ਪਰ ਮੈਨੂੰ ਮੇਰਾ ਮਾਲਕ ਕਿਸੇ ਹੋਰ ਥਾਂ ਜਾਣ ਲਈ ਹੁਕਮ ਦੇ ਰਿਹਾ ਹੈ ਇਸ ਵਾਸਤੇ ਬੀਤੇ ਹੋਏ ਸਮੇਂ ਵਿੱਚ ਕਿਸੇ ਵਾਦੇ ਘਾਟੇ ਬਚਨ ਦਾ ਧਿਆਨ ਨਾ ਰੱਖਣਾ ਤੇ ਖੁਸ਼ੀਆਂ ਰੱਖਣੀਆਂ ਸੇਟ ਜੀ ਨੇ ਸੱਜਲ ਨੇਤਰਾ ਤੇ ਪਰੇ ਹੋਏ ਗਲੇ ਨਾਲ ਸੰਤਾ ਤੇ ਨਿਵਾਸ ਰੱਖਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਸਾਰੇ ਪਰਿਵਾਰ ਨੇ ਬੜੇ ਅਦਬ ਸਤਕਾਰ ਨਾਲ ਸੰਕੇਸਰ ਸਿੰਘ ਜੀ ਨੂੰ ਆਪਣੇ ਘਰੋਂ ਵਿਦਿਆ ਕੀਤਾ ਤੇ ਫਿਰ ਵੀ ਦਰਸ਼ਨ ਦੇਣ ਦੀ ਅਰਦਾਸ ਕੀਤੀ ਇਸ ਅਰਜ ਦੀ ਪ੍ਰਵਾਨਗੀ ਅਨੁਸਾਰ ਸਮੇ ਸਮੇਂ ਸੰਤ ਜੀ ਪਿੱਛੋ ਵੀ ਢਸ ਕੇ ਦਰਸ਼ਨ ਦੇਂਦੇ ਰਹੇ ਸਾਰੇ ਆਕ ਲਈਏ ਤਾਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਤੇ ਤਾਂ ਸਤਗੁਰੂ ਰਾਮ ਸਿੰਘ ਜੀ ਦੇ ਸਿੱਖ ਤੇ ਸਾਧ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ